ਅਸਲਾਮੁਅਲੈਕੁਮ ਦੋਸਤੋ, ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਮੇਰੇ ਭਰਾਵਾਂ ਨੂੰ ਮਿਲ ਸਕੇ। ਜਨਾਬ, ਅੱਜ ਤੁਹਾਡੇ ਵਾਸਤੇ ਨੀਲੀ ਦੀਆਂ ਦੋ ਸ਼ਹਿਜ਼ਾਦੀਆਂ, ਦੋ ਗਵਾਲ ਦੀਆਂ ਮੱਝਾਂ ਲੈ ਕੇ ਤੁਹਾਡਾ ਵੀਰ ਨਦੀਮ ਖਰਲ ਹਾਜ਼ਰ ਹੋਇਆ। ਮੱਝਾਂ ਬੜੀਆਂ ਖੂਬਸੂਰਤ ਨੇ, ਨੀਲੀ ਦੀਆਂ ਗੜ ਨੇ ਔਰ ਨੀਲੀ ਦੇ ਗੜ ਦੇ ਵਿੱਚ ਮੈਂ ਖਲੋ ਕੇ ਇੱਕ ਬੱਗੀ ਮੋਛ ਵਾਲੀ ਬੂਰੀ ਮੈਂ ਪੰਜ ਕਲਿਆਣ ਇੱਕਦਮ ਕੱਟਾ ਹੈ। ਪੰਜ ਕਲਿਆਣ ਬੜਾ ਖੂਬਸੂਰਤ ਕੱਟਾ ਹੈ ਤੇ ਸ਼ੌਕੀ ਮੇਰੇ ਬੇਲੀ ਬੜੇ ਬੁਰੇ ਕੱਟੇ ਰੱਖਣ ਦੇ ਸ਼ੌਕੀਨ ਨੇ, ਉਹ ਵੇਖਣਗੇ ਤਾਂ ਆਪੇ ਜਜਮੈਂਟ ਕਰ ਲੈਣ ਨਸਲੀ ਹੈ ਨਹੀਂ ਹੈ, ਜੋ ਵੀ ਸਾਰ ਸਾਹਿਬ ਕਹਵੇ। ਤੇ ਜਨਾਬ, ਜਿਹੜੀ ਮੱਝ ਲੈ ਕੇ ਤੁਹਾਡੇ ਪਾਸ, ਕਾਲੀ ਸ਼ਾਹ ਆਏ ਬਿਲਕੁਲ ਖੁੰਡੇ ਮੋੜਵੇਂ ਸਿੰਘ ਨੇ, ਸ਼ਾਹ ਕਾਲੀ ਮੱਝ ਚੰਗਾ ਥਾਣੇ ਮਲਾਟੋਆਂ ਦਾ ਔਰ ਸਾਰਾ ਕੁਛ। ਸਭ ਤੋਂ ਪਹਿਲੇ ਮੱਝ ਤੁਹਾਨੂੰ ਖਾਣੇ ਇੱਕ ਮੁੜ ਵਿਖਾਵਾਂਗੇ, ਦੋ ਮੱਝ ਨੰਬਰ ਦੋ ਤੇ ਸਾਰਾ ਸਾਹਿਬ ਤਾਂ ਮੇਰੇ ਕੈਮਰੇ ਦੇ ਤੁਹਾਨੂੰ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਦਿਖਾਏਗਾ ਵੀ ਸਾਰੀ ਕਾਲੀ ਸ਼ਾਹ ਮੱਝ। ਇਹ ਜਨਾਬ ਛਾਂ ਚੱਡੇ ਤੋਂ ਮੈਂ ਸ਼ੁਰੂ ਕਰਨ ਲੱਗਿਆ ਤੇ ਇਹ ਪੂਰਾ ਵਜੂਦ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਇਸ ਮੈਂ ਦਾ ਸ਼ਾਹ ਕਾਲੀ ਮਾਝੇ ਬਿਲਕੁਲ ਖੁੰਡੇ ਸਿੰਘ ਨੇ, ਕਦ ਬਹੁਤ ਤੁਸੀਂ ਵੇਂਦੇ ਪੈ ਜੇ ਸਾਰਾ ਕੁਛ। ਮੈਂ ਦੀ ਬੁੱਥੀ ਨਸਲ ਜ਼ਾਤ ਤੁਹਾਨੂੰ ਆਪ ਦੱਸੇਗੀ ਕਿ ਮੈਂ ਕੌਣ ਆ ਤੇ ਮੈਂ ਕਿੱਥੋਂ ਆ, ਇਹਦਾ ਖਲੋਣਾ ਦੱਸੇਗਾ ਕਿ ਮੈਂ ਕਿੱਥੋਂ ਰੱਖੀ ਆ। ਤੇ ਇਹ ਜਨਾਬ ਬਾਹਰ ਦੀਆਂ ਮਹੀਂ ਨੇ ਤੇ ਡਰਦੀਆਂ ਨੇ, ਮੇਰੇ ਕੋਲ ਪਤਾ ਨੀ ਕੀ ਬਲਾਂ ਆ ਗਈ ਜਾਂ ਕਿਹੜਾ ਏਡਾ ਰੌਲਾ ਆ ਗਿਆ ਕਿ ਨਦੀਮ ਪਤਾ ਨੀ ਕੀ ਲੈ ਕੇ ਆ ਗਿਆ। ਇਹਨੂੰ ਵੇਖੀ ਜਾਣਗੇ ਕੈਮਰੇ ਨੂੰ, ਮਜਾਲ ਹੈ ਜੇ ਪਿਛਲਾ ਪਾਸਾ ਇਹਨੇ ਵਿਖਾਣਾ ਹੋਵੇ। ਮੈਂ ਦੀ ਬਾਡੀ ਤੇ ਮੈਂ ਦਾ ਹਿੱਸਾ ਤੁਸੀਂ ਵੇਖਦੇ ਪੈ ਜੇ, ਮੇਰਾ ਕੈਮਰਾਮੈਨ ਪੂਰੀ ਨਫਾਸਤ ਦੇ ਨਾਲ ਬੜੀ ਖੂਬਸੂਰਤੀ ਦੇ ਨਾਲ ਥਣ ਚੱਡਾ ਮੈਂ ਦਾ ਵਿਖਾਵੇਗਾ ਔਰ ਇਨਸ਼ਾਅੱਲਾ ਤੁਹਾਨੂੰ ਇਹ ਚੀਜ਼ ਪਸੰਦ ਵੀ ਆਏਗੀ। ਬੜੇ ਵੱਡੇ ਥਣ ਚੱਡੇ ਦੀ ਮਾਲਕ ਬਣੇਗੀ ਮੈਂ, ਤੁਸੀਂ ਵੇਂਦੇ ਪੈ ਜੇ ਵਧਣਾ ਕਿਹੜੀਆਂ ਕਿਹੜੀਆਂ ਨੇ। ਫੁੱਟ ਫੁੱਟ ਹੋਣੇ ਬਾਅਦ ਅਜੇ 15 ਦਿਨ ਸੋਣ ਨੂੰ ਲੈਂਦੀ ਹੈ, ਅਜੇ 15 ਦਿਨ ਸੋਣ ਨੂੰ ਲੈਂਦੀ ਹੈ। ਮੇਰਾ ਕੈਮਰਾਮੈਨ ਪੂਰੀ ਤਸੱਲੀ ਦੇ ਨਾਲ ਤੁਹਾਨੂੰ ਜਿਹੜਾ ਹੈ ਇਹਦੀ ਇੱਕ ਇੱਕ ਚੀਜ਼ ਜਿਹੜੀ ਹੈ ਉਹ ਵਿਖਾਏਗਾ ਔਰ ਇਨਸ਼ਾਅੱਲਾ ਤੁਹਾਨੂੰ ਇਹ ਚੀਜ਼ ਪਸੰਦ ਵੀ ਆਏਗੀ। ਬੜਾ ਖੂਬਸੂਰਤ ਥਣ ਚੱਡਾ ਹੈ ਮੈਂ ਦਾ ਤੇ ਮੈਂ ਡਰ ਗਈ ਸਾਡੇ ਕੋਲ ਕਿੱਲਾ ਵੀ ਜਿਹੜਾ ਰਸਾ ਵੀ ਚੜਾ ਗਈ, ਹੁਣ ਪਤਾ ਨੀ ਕਿੱਥੇ ਜਾਂਦੀ ਹੈ। ਬਾਈ ਨਾ ਕਰ ਲੈਂਦੇ ਗੱਲ ਇਹਦੇ ਬਾਰੇ ਤੇ ਬਾਕੀ ਮੈਂ ਬਾਅਦ ਚ ਵਿਖਾਵਾਂਗੀ। ਅਸਲਾਮੁਅਲੈਕੁਮ ਜੀ। ਵਾਲੇਕੁਮ ਭਾਈ ਜੀ, ਕੈਮਰੇ ਚ ਵੇਖੋ ਮੈਨੂੰ, ਤੇਰੀ ਮੈਂ ਇਹਨੇ ਮਾਰਿਆ ਅੱਜ ਐਵੇਂ ਗੁੱਸਾ ਜਿਹਾ ਕੀਤਾ, ਅੱਖ ਕੁਛ ਨਹੀਂ ਸੀ, ਡਰ ਗਈ। ਅੱਛਾ ਇਹ ਦੱਸ ਭਰਾਵਾ ਨਾਂ ਕੀ ਹੈ? ਮੇਰਾ ਨਾਂ ਸ਼ਹਿਦ ਅਬਾਸ। ਸ਼ਹਿਦ ਅਬਾਸ ਜਨਾਬ ਗੁਜਰੋ ਸੀ ਖਿੱਚੀ ਖਿੱਚੀ ਸ਼ਹਿਦ ਅਬਾਸ ਖਿੱਚੀ ਸਾਹਿਬ ਨੇ ਜਨਾਬ ਇਹ ਮੇਰੇ ਭਾਈ। ਅੱਛਾ ਬਾਈ, ਜਿਹੜੀ ਕਾਲੀ ਮੈਂ ਤੇਰੀ ਵਿਖਾਈ ਹੈ, ਹਾਂਜੀ, ਇਹਦੀ ਨਸਲ ਜ਼ਾਤ ਦੱਸ ਕਿੱਥੋਂ ਆਈ ਹੈ, ਕਿਹੜੇ ਇਲਾਕੇ ਚ ਖੜੇ ਆ, ਕੀ ਹਿਸਾਬ ਕਿਤਾਬ ਹੈ, ਸਾਰਾ ਕੁਛ। ਨੀਲੀ ਚ ਖੜੇ ਨੇ ਉੱਤੇ ਚ। ਅੱਛਾ, ਤੇ ਇਹ ਦਰਿਆ ਦੀ ਮੈਂ ਤਾਂ ਡਰਦੀ ਪਈ ਕਿ ਬਾਹਰ ਨਹੀਂ ਆਉਂਦੀਆਂ, ਡਰਦੀ ਮੈਂ ਪੈੜੇ ਨਹੀਂ ਪੀਓ, ਤਾਂ ਰਸਤਾ ਤਰੋੜ ਗਈ ਮੈਂ। ਅੱਛਾ ਇਹ ਦੱਸ ਕਿ ਕਿੰਨੇ ਦਿਨ ਲੈਂਦੀ ਸੂਣ ਨੂੰ? ਤਕਰੀਬਨ 15 ਦਿਨ ਲੈਂਦੀ। 15 ਦਿਨ ਥੱਬਾ ਚੱਡਾ ਕੱਢੇਗੀ ਜਾਂ ਹੁਣ ਤੇ ਫੁੱਟ ਫੁੱਟ ਬਾਹਰ ਕੱਢੀ ਖੜੀ ਤੇ ਉਹ ਮੁਹੱਬਤ ਪਿਆਰ ਨਾਲ ਮੁੱਲ ਲੈਂਦਾ ਕੀ ਹੈ? ਇਹਦਾ ਮੁੱਲ ਮੁਹੱਬਤ ਪਿਆਰ ਨਾਲ 2,15,000 ਰੁਪਏ। ਅੱਛਾ, ਦੁੱਧ ਕਿੰਨਾ ਕਰੇਗੀ? ਦੂਸਰਾ ਸੂਆ, ਤੀਸਰਾ ਸੂਆ? ਤੀਸਰਾ ਸੂਆ ਸੋਹਣੀ ਆ। ਤੀਸਰਾ ਸੂਆ ਦੁੱਧ ਕਿੰਨਾ ਕਰ ਜਾਏਗੀ? ਦੁੱਧ 15-16 ਕਿਲੋ ਠੰਡਾ ਆਮ ਕਰੇਗੀ, ਠੰਡਾ ਮਤਲਬ ਜਗ ਸਮੇਤ 20 ਕਿਲੋ ਵੀ ਆ ਸਕਦਾ ਜੇ ਲੋਕਾਂ ਦੇ ਕੂੜ ਮਾਰਨ ਤਾਂ। ਬਿਲਕੁਲ, ਲੇਕਿਨ 16 ਕਿਲੋ ਦੁੱਧ ਪੱਕਾ। 16 ਕਿਲੋ 2,15,000 ਰੁਪਏ ਇਸ ਕਾਲੀ ਮੈਂ ਦਾ ਮੁੱਲ ਹੈ ਜੀ। ਤੇ ਮੁਹੱਬਤ ਪਿਆਰ ਹੈ? ਮਾੜਾ ਮੋਟਾ ਕਾਲ ਸਾਂ ਕੋ ਬਰਾ ਆ ਗਈ, ਮਾੜਾ ਮੋਟਾ ਮੁਹੱਬਤ ਪਿਆਰ ਹੋਵੇਗਾ ਜਨਾਬ, ਇਹਦੇ ਜ਼ਿਆਦਾ ਕੋਈ ਨਹੀਂ ਹੋਣਾ। ਉਸ ਤੋਂ ਬਾਅਦ ਜਨਾਬ ਹੈ ਬੁਰੀ ਮੱਝ, ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ, ਬਿੱਲੀਆਂ ਅੱਖਾਂ ਨੇ ਜਨਾਬ, ਬਿਲਕੁਲ ਖੁੰਡਾ ਸਿੰਘ ਹੈ, ਮੱਥੇ ਤੋਂ ਬੱਲੀ ਹੈ ਔਰ ਚੰਗੀ ਹੱਡੀ ਹੈ ਇਸ ਮੱਝ ਦੀ, ਕੱਦ ਬਹੁਤ 66, ਬੜੀ ਲੰਮੀ ਚੌੜੀ ਔਰ ਬੜੀ ਚੰਗੀ ਥਣ ਪੂਰੇ ਮੁੱਠਾਂ ਤੇ ਔਰ ਵਿਰਲਾਂ ਤੇ ਬੜੀ ਖੂਬਸੂਰਤੀ ਦੇ ਨਾਲ ਮੇਰਾ ਕੈਮਰਾਮੈਨ ਤੁਹਾਨੂੰ ਇੱਕ ਇੱਕ ਚੀਜ਼ ਇਸ ਮੈਂ ਦੀ ਵਿਖਾ ਰਿਹਾ। ਬੁਰੀ ਮੈਂ ਔਰ ਚੰਗੀ ਹੈ ਤੇ ਬੜੀ ਸੋਹਲ ਹੈ ਔਰ ਬੜੀ ਖੂਬਸੂਰਤ ਨਸਲ ਜ਼ਾਤ ਦੀ ਚੰਗੀ ਮੈਂ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ। ਚੰਗਾ ਬੁੱਤ ਇਸ ਮੈਂ ਦਾ ਔਰ ਬੁੱਤ ਵੀ ਹੈ ਤੇ ਚੰਗੀ ਨਸਲ ਵਾਲੀ ਵੀ ਹੈ। ਮੇਰਾ ਕੈਮਰਾਮੈਨ ਪੂਰੀ ਤਸੱਲੀ ਨਾਲ ਇੱਕ ਇੱਕ ਚੀਜ਼ ਦਿਖਾ ਰਿਹਾ। ਮੈਂ ਦਾ ਮੂੰਹ ਵੀ ਵਿਖਾਓ ਜਨਾਬ ਕੈਮਰਾਮੈਨ ਸਾਹਿਬ, ਕਿਉਂਕਿ ਮੈਂ ਦਾ ਮੂੰਹ ਜਿਹੜਾ ਹੈ ਉਹ ਬੱਗੀ ਮੁੱਛ ਹੈ ਜਨਾਬ ਮੈਂ ਦੀ ਔਰ ਮੱਥਾ ਬਿਲਕੁਲ ਬੱਲਾ ਹੈ, ਚੰਗੀ ਅਸੀਲ ਸ਼ਰਾਬ ਮੈਂ। ਦੁੱਧ ਕਿੰਨਾ? ਇਹ ਜਨਾਬ 5 ਕਲਿਆਣ ਕੱਟਾ ਹੈ, ਬੜਾ ਖੂਬਸੂਰਤ ਹੈ, ਦੇਖਦੇ ਪਏ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ। ਇਹ ਦੇਖ ਬੜਾ ਖੂਬਸੂਰਤ, 2 ਜਾਂ 3 ਦਿਨ ਦੀ ਸੋਈ ਹੋਈ ਹੈ, 5 ਕਲਿਆਣ ਕੱਟਾ, ਚਾਰੇ ਪੈਰ ਚਿੱਟੇ ਨੇ, ਬੱਲਾ ਹੈ ਮੱਥੇ ਤੋਂ, ਇਹ ਬਲ ਖੱਬੇ ਪਾਸੇ ਵਾਲਾ ਜਿਹੜਾ ਨਾ ਇਹੀ ਬੜਾ ਨੀਲੀ ਦੀ ਪਹਿਚਾਣ ਹੈ ਔਰ ਬੜਾ ਖੂਬਸੂਰਤ ਚੀਜ਼ ਹੈ। ਮੇਰਾ ਕੈਮਰਾਮੈਨ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਤਸੱਲੀ ਦੇ ਨਾਲ ਦਿਖਾ ਰਿਹਾ। ਇਹ ਖਿੱਚਾ ਬੈਠਿਆ ਹੋ? ਹਾਂਜੀ। ਖਿੱਚਾ ਜਿਹੜੀ ਹੈ ਮੱਝ, ਇਹ ਵੀ ਨੀਲੀ ਦੀ ਹੈ? ਨੀਲੀ ਦੀ। ਖਿੱਚੀ ਸਾਹਿਬ ਇਹ ਦੱਸੋ ਕਿ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ? ਤੀਸਰਾ ਚੌਥਾ ਦਿਨ। ਹਾਂਜੀ। ਤੇ ਇਹ ਖਿੱਚੀ ਸਾਹਿਬ ਹੁਣ ਚੱਡਾ ਚੁੱਡਾ ਕੋਈ ਨੀ, ਕੀ ਹਿਸਾਬ ਕਿਤਾਬ? ਚੋਹ ਲਈ ਮੈਂ ਤੇਰੇ ਆਉਣ ਤੋਂ ਅੱਗੇ ਤਕਰੀਬਨ 10 ਮਿੰਟ। ਅੱਛਾ, ਚੋਹ ਲਈ ਜੇ ਧੁੱਪ ਤਾਜ਼ੀ ਵੀ ਕੜਾ ਕੇ ਕੱਢੀ ਖਲੇ ਬਵੇਂ ਅਸਰ ਦਾ ਟਾਈਮ ਹੋਇਆ। ਬਿਲਕੁਲ। ਅੱਛਾ ਇਹ ਦੱਸ ਕਿ ਦੁੱਧ ਕਿੰਨਾ ਇਹਦੇ ਕੋਲ? ਦੋ ਦਿਨ ਦੇ ਕੋਲ ਕੱਟੇ ਨੂੰ ਛਾੜ ਤੇ ਠੰਡਾ ਦੁੱਧ 10 ਕਿਲੋ ਦੋਵਾਂ ਟਾਈਮ। 10 ਤੋਂ 12 ਕਿਲੋ ਦੁੱਧ ਹੈ ਜਨਾਬ। ਮੁਹੱਬਤ ਪਿਆਰ ਵਾਲਾ ਮੁੱਲ ਕੀ ਹੈ? ਇਹਦਾ ਮੁਹੱਬਤ ਪਿਆਰ ਵਾਲਾ ਮੁੱਲ 2,30,000। 2,30,000 ਰੁਪਏ ਮੁੱਲ ਕੀਤਾ ਮੁਹੱਬਤ ਪਿਆਰ ਹੈ? ਕੋਈ ਥੋੜਾ ਬਹੁਤ ਮੁਹੱਬਤ ਪਿਆਰ ਹੈ ਜੀ, ਇਹਨੇ ਜੀ ਵੀ ਕਰ ਲਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਮਿਲਾਂਗੇ ਨਵੀਂ ਵੀਡੀਓ ਨਾਲ, ਅੱਲਾ ਨਿਗਹਿਬਾਨ।